ਦੋਸਤੋ ਅੱਜ ਦੀ ਵੀਡੀਓ ਵੀ ਕਾਫੀ ਜ਼ਿਆਦਾ ਖਾਸ ਹੈ ਕਿਉਂਕਿ ਇਸ ਵੀਡੀਓ ਦੇ ਵਿੱਚ ਅਸੀਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਕਾਲਜਸ ਨੇ ਉਹਨਾਂ ਦੇ ਵਿੱਚ ਕੁਝ ਅਸਾਮੀਆਂ ਜਿਹੜੀਆਂ ਨੇ ਉਹ ਖਾਲੀ ਨੇ, ਉਹਨਾਂ ਅਸਾਮੀਆਂ ਨੂੰ ਤੁਸੀਂ ਕਿਵੇਂ ਅਪਲਾਈ ਕਰ ਸਕਦੇ ਹੋ। ਚਾਹੇ ਇਹ ਪ੍ਰਾਈਵੇਟ ਕਾਲਜ ਨੇ ਪਰ ਐਕਸਪੀਰੀਅੰਸ ਤੁਹਾਡਾ ਜਿਹੜਾ ਇਹਨਾਂ ਕਾਲਜਸ ਤੋਂ ਮਿਲੂਗਾ ਉਹ ਐਕਸਪੀਰੀਅੰਸ ਤੁਹਾਡੇ ਲਈ ਕਾਫੀ ਜ਼ਿਆਦਾ ਲਾਹੇਵੰਦ ਹੋਊਗਾ। ਸਵਾਗਤ ਹੈ ਤੁਹਾਡੇ ਆਪਣੇ ਯੂਟਿਊਬ ਚੈਨਲ ਸੋਹਨ ਬਰਨਾਲਾ ਦੇ ਉੱਤੇ। ਦੋਸਤੋ ਦੋਸਤੋ ਪਹਿਲਾ ਕਾਲਜ ਹੈ ਆਰ ਕੇ ਆਰੀਆ ਕਾਲਜ ਨਵਾਂ ਸ਼ਹਿਰ ਦੇ ਵਿੱਚ, ਜਿਹਦੇ ਵਿੱਚ ਇੱਕ ਪ੍ਰਿੰਸੀਪਲ ਦੀ ਕਾਲਜ ਦੀ ਪ੍ਰਿੰਸੀਪਲ ਦੀ ਰੈਗੂਲਰ ਪੋਸਟ ਜਿਹੜੀ ਉਹ ਵੈਕੈਂਟ ਹੈ। ਇਹਦੀ ਜਿਹੜੀ ਐਜੂਕੇਸ਼ਨ ਚਾਹੀਦੀ ਆ ਉਹ UGC ਦੇ ਅਕੋਰਡਿੰਗ ਚਾਹੀਦੀ ਹੈ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਕੋਰਡਿੰਗ ਚਾਹੀਦੀ ਹੈ, ਪੰਜਾਬ ਗੌਰਮੈਂਟ ਦੇ ਰੂਲਸ ਦੇ ਅਕੋਰਡਿੰਗਲੀ ਚਾਹੀਦੀ ਆ। ਅਤੇ ਰਿਜ਼ਰਵੇਸ਼ਨ ਪੋਲਿਸੀ ਵੀ ਜਿਹੜੀ ਆ ਉਹ ਪੰਜਾਬ ਗੌਰਮੈਂਟ ਦੇ ਰੂਲਸ ਦੇ ਅਧੀਨ ਹੀ ਹੋਊਗੀ। ਅਤੇ ਇਸ ਪੋਸਟ ਦੇ ਲਈ ਤੁਸੀਂ ਅੱਜ ਤੋਂ 15 ਦਿਨਾਂ ਦੇ ਵਿੱਚ ਜਿਹੜਾ ਉਹ ਅਪਲਾਈ ਕਰ ਸਕਦੇ ਹੋ। ਇਹਦੀ ਡੇਟ ਆਫ ਪਬਲੀਕੇਸ਼ਨ ਜਿਹੜੀ ਹੈ ਉਹ ਹੈ 4 ਅਗਸਤ 2018, ਅਤੇ 4 ਅਗਸਤ ਤੋਂ 2018 ਤੋਂ ਤੁਸੀਂ 15 ਦਿਨ ਦੇਖ ਲਓ ਕਿ ਕਦੋਂ ਤੱਕ ਤੁਸੀਂ ਇਸ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ। ਅਤੇ ਉਸ ਤੋਂ ਇਲਾਵਾ ਤੁਹਾਨੂੰ ਇਸ ਪੋਸਟ ਨੂੰ ਅਪਲਾਈ ਕਰਨ ਦੇ ਲਈ ਤੁਸੀਂ ਤੁਹਾਡਾ NOC ਚਾਹੀਦਾ, ਜਿੱਥੇ ਤੁਸੀਂ ਪਹਿਲਾਂ ਹੁਣ ਐਟ ਪ੍ਰੈਜੈਂਟ ਜੋਬ ਕਰ ਰਹੇ ਹੋ। API ਸਕੋਰ ਪਰਫੋਰਮਾ ਚਾਹੀਦਾ, ਅਤੇ ਰਜਿਸਟਰਡ ਡਾਕ ਰਾਹੀਂ ਤੁਸੀਂ ਸੈਕਰੇਟਰੀ ਮੈਨੇਜਿੰਗ ਕਮੇਟੀ RK ਆਰੀਆ ਕਾਲਜ ਨਵਾਂ ਸ਼ਹਿਰ ਨੂੰ ਇਹ ਤੁਸੀਂ ਸੈਂਡ ਕਰੋਗੇ, ਭੇਜੋਗੇ ਡਾਕ। ਅਤੇ ਉਸ ਤੋਂ ਇਲਾਵਾ ਇੱਕ ਕਾਪੀ ਜਿਹੜੀ ਆ, ਜਿਹੜੇ ਵੀ ਸਰਟੀਫਿਕੇਟ ਤੁਸੀਂ, ਜਿਹੜੇ ਵੀ ਡਾਕੂਮੈਂਟਸ ਤੁਸੀਂ ਕਾਲਜ ਨੂੰ ਭੇਜਣੇ ਨੇ, ਉਹੀ ਕਾਪੀ ਉਹਦੀ ਇੱਕ ਡੀਨ ਨੂੰ ਭੇਜਣੀ ਆ, ਕਾਲਜ ਡਿਵੈਲਪਮੈਂਟ ਕੌਂਸਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ। ਸੋ ਇਹ ਪੋਸਟ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਜੀ। ਕਰੋ ਅਪਲਾਈ, ਅਤੇ ਕੋਂਟੈਕਟ ਨੰਬਰ ਕਾਲਜ ਦਾ ਤੁਹਾਡੇ ਸਕਰੀਨ ਦੇ ਉੱਤੇ ਤੁਹਾਨੂੰ ਦਿਖਾਈ ਦੇ ਰਿਹਾ। ਅਤੇ ਹੁਣ ਆਪਾਂ ਗੱਲ ਕਰਾਂਗੇ ਅਗਲੀ ਜਿਹੜੀ ਵੈਕੈਂਸੀ ਹੈ। ਦੋਸਤੋ ਅਗਲਾ ਜਿਹੜਾ ਕਾਲਜ ਹੈ ਉਹ ਮਾਤਾ ਗੁਰਦੇਵ ਕੌਰ ਮੈਮੋਰੀਅਲ ਸ਼ਾਹੀ ਸਪੋਰਟਸ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਜਕਰੋਡੀ ਸਮਰਾਲਾ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਪੈਂਦਾ ਜੀ ਇਹ। ਅਤੇ ਇਹਨਾਂ ਦਾ ਪ੍ਰਿਸਕ੍ਰਾਈਬਡ ਪਰਫੋਰਮਾ ਦਿੱਤਾ ਹੋਇਆ ਜੀ ਇਹਨਾਂ ਦੀ ਵੈਬਸਾਈਟ ਦੇ ਉੱਤੇ। ਵੈਬਸਾਈਟ ਇਹਨਾਂ ਦੀ ਤੁਹਾਡੇ ਸਾਹਮਣੇ ਸਕਰੀਨ ਦੇ ਉੱਤੇ ਤੁਹਾਨੂੰ ਦਿਖਾਈ ਦੇ ਰਹੀ ਹੈ। ਅਤੇ ਇਹਦੇ ਵਿੱਚ 2 ਐਸੋਸੀਏਟ ਪ੍ਰੋਫੈਸਰ, 2 ਅਸਿਸਟੈਂਟ ਪ੍ਰੋਫੈਸਰ ਚਾਹੀਦੇ ਨੇ ਜੀ BPED ਦੇ ਲਈ। ਉਸ ਤੋਂ ਇਲਾਵਾ 2 ਅਸਿਸਟੈਂਟ ਪ੍ਰੋਫੈਸਰ ਚਾਹੀਦੇ ਨੇ PGDA ਯੋਗਾ ਪੋਸਟ ਗ੍ਰੈਜੂਏਟ ਡਿਪਲੋਮਾ ਯੋਗਾ ਦੇ ਵਿੱਚ, ਯੋਗਾ ਥੈਰੇਪੀ ਦੇ ਵਿੱਚ ਚਾਹੀਦੇ ਨੇ ਜੀ ਰੈਗੂਲਰ ਬੇਸ ਦੇ ਉੱਤੇ। ਕੁਆਲੀਫਿਕੇਸ਼ਨ UGC ਦੇ ਅਕੋਰਡਿੰਗ, NCTE ਦੇ ਅਕੋਰਡਿੰਗ, ਅਤੇ ਪੰਜਾਬ ਗੌਰਮੈਂਟ ਦੇ ਅਕੋਰਡਿੰਗ, ਪੰਜਾਬ ਯੂਨੀਵਰਸਿਟੀ ਦੇ ਅਕੋਰਡਿੰਗ। ਅਤੇ ਇਸ ਤੋਂ ਇਲਾਵਾ ਤੁਸੀਂ ਜਿਹੜੀ ਇਸ ਪੋਸਟ ਦੇ ਲਈ ਅਪਲਾਈ 25 ਅਗਸਤ ਤੱਕ ਜਿਹੜਾ ਤੁਸੀਂ ਕਰ ਸਕਦੇ ਹੋ। ਅਤੇ ਆਪਣੇ ਡਾਕੂਮੈਂਟਸ ਦੀ ਇੱਕ ਕਾਪੀ ਤੁਸੀਂ ਕਾਲਜ ਨੂੰ ਭੇਜੋਗੇ, ਅਤੇ ਉਸੇ ਤਰ੍ਹਾਂ ਦੀ ਇੱਕ ਕਾਪੀ ਤੁਸੀਂ DC ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਵੀ ਭੇਜੋਗੇ। ਅਤੇ SC ST ਦੇ ਲਈ ਰਿਜ਼ਰਵੇਸ਼ਨ, ਅਤੇ ਡਿਸੇਬਿਲਟੀ ਦੇ ਲਈ ਵੀ ਜਿਹੜੇ ਪਰਸਨ ਹੈਂਡੀਕੈਪਡ ਨੇ ਉਹਨਾਂ ਦੇ ਲਈ ਵੀ ਜਿਹੜੇ ਰੂਲਸ ਨੇ ਉਹ ਪੰਜਾਬ ਗੌਰਮੈਂਟਸ ਵਾਲੇ ਹੀ ਲੱਗਣਗੇ। ਅਤੇ ਕਾਲਜ ਦੀ ਵੈਬਸਾਈਟ ਅਤੇ ਕਾਲਜ ਦਾ ਨੰਬਰ ਤੁਹਾਡੇ ਸਕਰੀਨ ਦੇ ਉੱਤੇ ਸਾਹਮਣੇ ਦਿਖਾਈ ਦਿੰਦਾ, ਤੁਸੀਂ ਜ਼ਿਆਦਾ ਜਾਣਕਾਰੀ ਦੇ ਲਈ ਇਹਨਾਂ ਨੂੰ ਕੰਟੈਕਟ ਵੀ ਜਿਹੜਾ ਉਹ ਕਰ ਸਕਦੇ ਹੋ। ਦੋਸਤੋ ਅਗਲਾ ਜਿਹੜਾ ਕਾਲਜ ਹੈ ਉਹ ਤਰਨ ਤਾਰਨ ਦੇ ਵਿੱਚ ਪੈਂਦਾ ਜੀ, ਮਾਝਾ ਕਾਲਜ ਫੋਰ ਵੂਮੈਨ ਤਰਨ ਤਾਰਨ। ਅਤੇ ਇਹਦੇ ਵਿੱਚ ਇੱਕ ਪ੍ਰਿੰਸੀਪਲ ਦੀ ਪੋਸਟ ਹੈ ਜੀ, ਅਤੇ ਇੱਕ ਅਸਿਸਟੈਂਟ ਪ੍ਰੋਫੈਸਰ ਇਨ ਕੈਮਿਸਟਰੀ ਚਾਹੀਦਾ। ਦੋਨੋਂ ਹੀ ਰੈਗੂਲਰ ਬੇਸ ਦੇ ਉੱਤੇ ਪੋਸਟਾਂ ਨੇ ਜੀ। ਅਤੇ ਇਸ ਪੋਸਟ ਦੇ ਲਈ ਤੁਸੀਂ ਜਿਹੜਾ ਉਹ 11 ਅਗਸਤ ਤੱਕ ਅਪਲਾਈ ਕਰ ਸਕਦੇ ਹੋ। ਅਤੇ ਤੁਸੀਂ ਆਪਣੇ ਜਿਹੜੇ ਡਾਕੂਮੈਂਟਸ ਨੇ ਉਹ ਸੈਕਰੇਟਰੀ ਨੂੰ ਭੇਜਣੇ ਨੇ ਜੀ ਕਾਲਜ ਦੇ ਰਜਿਸਟਰਡ ਡਾਕ ਦੇ ਰਾਹੀਂ। ਅਤੇ ਉਸ ਤੋਂ ਇਲਾਵਾ ਤੁਸੀਂ DC ਡੀਨ ਕਾਲਜ ਡਿਵੈਲਪਮੈਂਟ ਕੌਂਸਲ ਜਿਹੜੀ ਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਵੀ ਆਪਣੇ ਡਾਕੂਮੈਂਟਸ ਜਿਹੜੇ ਨੇ ਉਹ ਭੇਜਣੇ ਨੇ। ਅਤੇ ਅਗਲੀ ਜਿਹੜਾ ਕਾਲਜ ਹੈ, ਇਹ ਕਾਲਜ ਦਾ ਦੇਖੋ ਨਾਮ ਤੁਹਾਡੇ ਸਾਹਮਣੇ ਵੀ ਆ ਰਿਹਾ, ਅਗਲਾ ਜਿਹੜਾ ਕਾਲਜ ਹੈ ਜੀ ਉਹ ਹਾਫ ਕਾਲਜ ਨਾਭਾ ਰੋਡ ਮਲੇਰਕੋਟਲਾ ਦੇ ਉੱਤੇ ਹੈ ਜੀ।
ਜਿਹਦੇ ਵਿੱਚ ਰੈਗੂਲਰ ਬੇਸ ਦੇ ਉੱਤੇ ਪ੍ਰਿੰਸੀਪਲ ਦੀ ਜ਼ਰੂਰਤ ਹੈ। ਕੁਆਲੀਫਿਕੇਸ਼ਨ ਅਤੇ ਸੈਲਰੀ ਜਿਹੜੀ ਆ ਉਹ UGC ਪੰਜਾਬ ਗੌਰਮੈਂਟ ਅਤੇ ਪੰਜਾਬੀ ਯੂਨੀਵਰਸਿਟੀ ਦੇ ਨੋਮਸ ਦੇ ਅਧੀਨ ਹੋਊਗੀ। ਅਤੇ ਤੁਸੀਂ ਰਜਿਸਟਰਡ ਡਾਕ ਰਾਹੀਂ ਅਪਲਾਈ ਕਰਨਾ ਚੇਅਰਮੈਨ ਨੂੰ ਜੀ। ਕੰਪਲੀਟ ਰਿਜ਼ਿਊਮ ਦੇ ਨਾਲ ਇੱਕ ਲੇਟੈਸਟ ਫੋਟੋ ਅਤੇ ਆਪਣੇ ਜਿੰਨੇ ਵੀ ਡਾਕੂਮੈਂਟਸ ਨੇ ਉਹ ਉਹਨਾਂ ਦੀਆਂ ਫੋਟੋ ਕਾਪੀਜ਼ ਭੇਜਣੀਆਂ ਨੇ। ਇੱਕ ਤੁਸੀਂ ਕਾਲਜ ਦੇ ਚੇਅਰਮੈਨ ਨੂੰ ਭੇਜਣੀ ਹੈ ਅਤੇ ਇੱਕ ਤੁਸੀਂ ਡੀਨ ਕਾਲਜ ਡਿਵੈਲਪਮੈਂਟ ਕੌਂਸਲ ਪੰਜਾਬੀ ਯੂਨੀਵਰਸਿਟੀ ਪਟਿਆਲੇ ਨੂੰ ਭੇਜਣੀ ਹੈ ਜੀ ਰਜਿਸਟਰਡ ਡਾਕ ਰਾਹੀਂ। ਠੀਕ ਹੈ ਜੀ। ਅਤੇ ਇਹਦੇ ਲਈ ਜਿਹੜੀ ਲਾਸਟ ਡੇਟ ਹੈ ਉਹ ਹੈ 27 ਅਗਸਤ 2018। ਅਤੇ ਕੋਂਟੈਕਟ ਨੰਬਰ ਅਤੇ ਈਮੇਲ ID ਵੀ ਤੁਹਾਡੇ ਜਿਹੜੀ ਆ ਕਾਲਜ ਦੀ ਉਹ ਸਾਹਮਣੇ ਸਕਰੀਨ ਦੇ ਉੱਤੇ ਤੁਹਾਨੂੰ ਦਿਖਾਈ ਦੇ ਰਹੀ ਹੈ। ਅਤੇ ਇਸ ਕਾਲਜ ਦੇ ਲਈ ਵੀ ਤੁਸੀਂ ਜਿਹੜਾ ਅਪਲਾਈ ਕਰ ਸਕਦੇ ਹੋ। ਦੋਸਤੋ ਅਗਲਾ ਜਿਹੜਾ ਕਾਲਜ ਹੈ ਉਹ ਹੈ ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਕਰਤਾਰਪੁਰ ਦੇ ਵਿੱਚ ਹੈ ਜੀ। ਅਤੇ ਨੰਬਰ ਵੀ ਇਸ ਕਾਲਜ ਦਾ ਤੁਹਾਡੀ ਸਕਰੀਨ ਦੇ ਉੱਤੇ ਸਾਹਮਣੇ ਦਿਖਾਈ ਦਿੰਦਾ ਤੁਹਾਨੂੰ। ਅਤੇ ਇਹਦੇ ਵਿੱਚ ਕਈ ਪੋਸਟਾਂ ਨੇ ਜੀ ਕੰਟਰੈਕਚੁਅਲ ਬੇਸ ਦੇ ਉੱਤੇ ਅਸਿਸਟੈਂਟ ਪ੍ਰੋਫੈਸਰ ਦੀਆਂ, ਜਿਹਦੇ ਵਿੱਚ ਕੰਪਿਊਟਰ ਸਾਇੰਸ ਦੀਆਂ 2 ਪੋਸਟਾਂ ਨੇ ਅਤੇ ਪੋਲੀਟੀਕਲ ਸਾਇੰਸ ਦੀ 1 ਪੋਸਟ ਹੈ, ਇੰਗਲਿਸ਼ ਦੀ 1 ਪੋਸਟ ਹੈ, ਹਿਸਟਰੀ ਦੀ 1 ਪੋਸਟ ਹੈ, ਪੰਜਾਬੀ ਦੀ 1 ਪੋਸਟ ਹੈ, ਇਕਨੋਮਿਕਸ ਦੀ 1 ਹੈ ਜੀ, ਫਿਜ਼ੀਕਲ ਐਜੂਕੇਸ਼ਨ ਦੀ 1 ਹੈ, ਕੋਸਮੋਟੋਲੋਜੀ ਦੀ 1 ਪੋਸਟ ਹੈ ਜੀ, ਲਾਇਬ੍ਰੇਰੀਅਨ ਦੀ 1 ਪੋਸਟ ਹੈ। ਕੁਆਲੀਫਿਕੇਸ਼ਨ ਅਤੇ ਸੈਲਰੀ ਜਿਹੜੀ ਹੈ ਉਹ UGC NCTE ਪੰਜਾਬ ਗੌਰਮੈਂਟਸ ਦੇ ਨੋਮ ਦੇ ਅਧੀਨ ਮਿਲੇਗੀ। ਅਤੇ ਇਸ ਪੋਸਟ ਦੇ ਲਈ ਤੁਸੀਂ 25 ਅਗਸਤ 2018 ਤੱਕ ਅਪਲਾਈ ਕਰ ਸਕਦੇ ਹੋ। ਅਤੇ 500 ਰੁਪਇਆ ਇਹਦੇ ਵਿੱਚ ਰਜਿਸਟਰਡ ਡਾਕ ਰਾਹੀਂ ਤੁਸੀਂ ਜਿਹੜਾ ਉਹ ਪ੍ਰੈਜ਼ੀਡੈਂਟ ਦੇ ਨਾਂ ਦੇ ਉੱਤੇ 500 ਰੁਪਇਆ ਜਿਹੜਾ ਉਹ ਭੇਜੋਗੇ ਬੈਂਕ ਡਰਾਫਟ ਇਨ ਫੇਵਰ ਆਫ ਪ੍ਰੈਜ਼ੀਡੈਂਟ ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ। ਅਤੇ ਉਸ ਤੋਂ ਇਲਾਵਾ 1 ਕਾਪੀ ਤਾਂ ਤੁਸੀਂ ਕਾਲਜ ਦੇ ਪ੍ਰੈਜ਼ੀਡੈਂਟ ਨੂੰ ਆਪਣੇ ਡਾਕੂਮੈਂਟਸ ਹੀ ਭੇਜੋਗੇ। ਅਤੇ ਨਾਲ ਹੀ ਤੁਸੀਂ ਡੀਨ ਕਾਲਜ ਡਿਵੈਲਪਮੈਂਟ ਕੌਂਸਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਨੂੰ ਵੀ ਜਿਹੜੀ ਹੈ 1 ਕਾਪੀ ਆਪਣੇ ਡਾਕੂਮੈਂਟਸ ਦੀ ਸੈਂਡ ਕਰੋਗੇ ਜੀ। ਠੀਕ ਹੈ ਦੋਸਤੋ, ਇਹ ਸੀਗੀਆਂ ਕੁਝ ਕਾਲਜਿਸ ਪੰਜਾਬ ਦੇ ਵੱਖ ਵੱਖ ਕਾਲਜਾਂ ਦੇ ਵਿੱਚ ਕੁਝ ਪ੍ਰੋਫੈਸਰਸ ਦੀਆਂ ਅਸਿਸਟੈਂਟ ਪ੍ਰੋਫੈਸਰ ਦੀਆਂ ਪੋਸਟਾਂ। ਅਤੇ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਜ਼ਰੂਰ ਕਰ ਦਿਓ ਅਤੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰ ਦਿਓ ਤਾਂ ਜੋ ਉਹ ਤੁਹਾਡੇ ਦੋਸਤ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਣ। ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਬੈਲ ਆਈਕੋਨ ਵੀ ਦਬਾ ਦਿਓ ਤਾਂ ਜੋ ਤੁਹਾਨੂੰ ਸਾਡੇ ਚੈਨਲ ਦੇ ਉੱਤੇ ਜੋ ਵੀ ਨਵੀਂ ਵੀਡੀਓ ਅਪਲੋਡ ਹੁੰਦੀ ਹੈ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਤੁਰੰਤ ਜਿਹੜਾ ਉਹ ਆ ਜਾਵੇ ਅਤੇ ਤੁਸੀਂ ਵੀਡੀਓ ਉਹ ਤੁਰੰਤ ਦੇਖ ਸਕੋ। ਅਤੇ ਉਮੀਦ ਕਰਦੇ ਹੋ ਇਹ ਵੀ ਵੀਡੀਓ ਜਿਹੜੀ ਹੈ ਤੁਹਾਨੂੰ ਚੰਗੀ ਲੱਗੀ ਹੋਊਗੀ। ਠੀਕ ਹੈ ਦੋਸਤੋ, ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ। ਥੈਂਕਸ ਫੋਰ ਵਾਚਿੰਗ ਦਿਸ ਵੀਡੀਓ।